ਅਸਲਾਮ ਵਾਲੇਕਮ ਜੀ, ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਜੱਗ ਬੀਤੀ। ਅੱਜ ਨਾ ਕਿ ਤੁਹਾਨੂੰ ਮੈਂ ਬੜੀ ਪਿਆਰੀ ਜੀ ਹੱਡ ਬੀਤੀ ਸੁਣਾਉਣ ਲੱਗਾ। ਲਾਹੌਰ ਇੱਕ ਬੜੇ ਪਿਆਰੇ ਬੜੇ ਅੱਛੇ ਇਨਸਾਨ ਨਾਲ ਮੇਰੀ ਦੋਸਤੀ ਹੋ ਗਈ। ਉਹਨਾਂ ਦਾ ਕੌਮ ਕਬੀਲਾ ਹੈ ਬਰਕੀ। ਹੁਣ ਅਸੀਂ ਤਾਂ ਅੱਜ ਤੱਕ ਬਰਕੀ ਹਾਲਾਤ ਬਰਕਿਆਤ ਜਾਂ ਇੰਜ ਦੇ ਲਫਜ਼ ਪੜ੍ਹੇ ਸਨ, ਅਤੇ ਉਹ ਮੈਂ ਨਾ ਇੱਕ ਦਿਨ ਉਹਨਾਂ ਨੂੰ ਫੋਨ 'ਤੇ ਪੁੱਛ ਬੈਠਾ। ਮੈਂ ਕਿਹਾ, ਸਰ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡਾ ਨਾਂ ਬਰਕੀ ਏ, ਇਹ ਜਿਹੜਾ ਕਾਫ ਏ ਇਹ ਕੈਂਚੀ ਵਾਲਾ ਜਾਂ ਕਿਤਾਬ ਵਾਲਾ? ਮੈਨੂੰ ਕਹਿੰਦੇ ਨੇ, ਅਦਰਾ ਗੌਰ ਨਾ ਸੁਣੀ ਬਾਈ ਮੁੰਡਿਆ, ਇਹ ਨਾ ਤਾਂ ਕਾਫ ਕੈਂਚੀ ਵਾਲਾ, ਨਾ ਇਹ ਕਾਫ ਕਿਤਾਬ ਵਾਲਾ, ਇਹ ਕਾਫ ਕੁੱਤੇ ਵਾਲਾ। ਮੈਂ ਨਾ ਬੜਾ ਸ਼ਰਮਿੰਦਾ ਵੀ ਹੋਇਆ। ਮੈਂ ਕਿਹਾ, ਐਡਾ ਮੁਹੱਜ਼ਬ ਆਦਮੀ ਹੈ, ਅੱਛਾ ਆਦਮੀ ਹੈ, ਅਤੇ ਯਾਰ ਮਾਇੰਡ ਨਾ ਕਰ ਗਿਆ ਹੋਵੇ। ਫਿਰ ਨਾ ਮੈਂ ਉਹਨਾਂ ਨੂੰ ਦੁਬਾਰਾ ਮੈਂ ਮਾਦਰਤ ਕੀਤੀ। ਉਹਨੇ ਕਿਹਾ, ਨਹੀਂ 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 ਨਹੀਂ, ਉਹ ਰੱਸੀ ਜਾਣ ਵਾਲੇ। ਫਿਰ ਮੈਂ ਸਮਝ ਗਿਆ, ਮੈਂ ਕਿਹਾ ਇਹ ਤਾਂ ਸ਼ੂਗਰ ਲਾ ਰਹੇ ਨੇ। ਮੈਨੂੰ ਕਹਿੰਦੇ ਨੇ, ਅਬਾਸ ਮੀਆਂ ਮੁਸਾਫਰ, ਇਹ ਜਿਹੜਾ ਹੈ ਨਾ ਕਾਫ ਹੈ, ਕਾਫ ਕੁੱਤੇ ਵਾਲਾ। ਫਿਰ ਉਹਨਾਂ ਦੇ ਇੱਕ ਬਹੁਤ ਹੀ ਪਿਆਰੇ ਬੜੇ ਕਲੋਜ਼ ਅਤੇ ਨੇੜੇ ਦੇ ਸੱਜਣ ਮਿੱਤਰ ਨੇ, ਮੈਂ ਉਹਨਾਂ ਨੂੰ ਫਿਰ ਪੁੱਛਿਆ, ਮੈਂ ਕਿਹਾ ਮੇਰੇ ਨਾਲ ਇਹ ਹਾਦਸਾ ਆਇਆ। ਉਹਨੇ ਕਿਹਾ, ਨਹੀਂ ਨਹੀਂ, ਉਹ ਸ਼ੂਗਰ ਲਾਉਂਦੇ ਨੇ, ਮਜ਼ਾਕ ਕਰਦੇ ਨੇ, ਐਡੀ ਦਿਲ 'ਤੇ ਲਾਉਣ ਦੀ ਲੋੜ ਕੋਈ ਨਹੀਂ। ਬਹਰਹਾਲ ਜਿਹੜਾ ਬਰਕੀ ਲਫਜ਼ ਹੈ ਉਹ ਕਾਫ ਕਿਤਾਬ ਵਾਲ ਨਾਲ ਪੈਂਦਾ। ਮੈਂ ਅੱਜ ਵੀ ਬਰਕੀ ਸਾਹਿਬ ਨੂੰ ਕਹਿਣਾ ਚਾਹੁੰਦਾ, ਬਰਕੀ ਸਾਹਿਬ ਕਾਫ਼ ਕੁੱਤੇ ਵਾਲਾ ਨਹੀਂ, ਕਾਫ਼ ਕਿਤਾਬ ਵਾਲਾ। ਸ਼ਾਦ ਰਹੋ ਜੀ, ਆਬਾਦ ਰਹੋ, ਖੁਦਾ ਹਾਫਿਜ਼।